ਸਾਡੇ ਨਾਲ ਨੇ ਅਬਦੁਲ ਜਮਾਲ, ਉਹਨਾਂ ਦੋ ਇਹ ਜਿਹੜੀ ਪੁਰਾਣਾ ਖੇਤੀ ਜਿਹੜੀ ਪਾਣੀ ਨੂੰ ਬਚਾਉਣ ਦੀ ਟੈਕਨੀਕ ਹੈ ਉਹਦੇ ਬਾਰੇ ਗੱਲ ਕਰਦੇ ਹਾਂ। ਤੁਹਾਡਾ ਇਸ ਮੇਲੇ ਬਾਰੇ ਅਤੇ ਆਪਣੇ ਪ੍ਰੋਡਕਟ ਬਾਰੇ ਥੋੜ੍ਹੀ ਜਾਣਕਾਰੀ। ਮੇਲੇ ਦੇ ਵਿੱਚ ਅਸੀਂ ਭੂਮੀ ਰੱਖਿਆ ਮਹਿਕਮੇ ਦੇ ਸਹਿਯੋਗ ਦੇ ਨਾਲ ਮੇਲੇ ਦੇ ਵਿੱਚ ਪਹੁੰਚੇ ਹਾਂ ਅਤੇ ਅਸੀਂ ਡ੍ਰਿਪ ਇਰੀਗੇਸ਼ਨ ਸਿਸਟਮ ਦੇ ਵਿੱਚ ਤਕਰੀਬਨ 95 ਤੋਂ ਮਛਾਲੀ ਟੈਪ ਦੇ ਫਰਮ ਦੇ ਨਾਮ ਦੇ ਉੱਤੇ ਕੰਮ ਕਰਦੇ ਆ ਰਹੇ ਹਾਂ। ਓਵਰਆਲ ਇੰਡੀਆ ਦੇ ਵਿੱਚ ਸਾਡੇ ਫਰਮ ਰਜਿਸਟਰਡ, ਲੇਕਿਨ ਅੱਜ ਦੇ ਟਾਈਮ ਦੇ ਵਿੱਚ ਅਸੀਂ ਪੰਜਾਬ ਦੇ ਵਿੱਚ ਸੋਇਲ ਕੰਜ਼ਰਵੇਸ਼ਨ ਡਿਪਾਰਟਮੈਂਟ ਦੇ ਨਾਲ ਮਿਲ ਕੇ ਕੰਮ ਕਰ ਰਹੇ ਹਾਂ ਸਬਸਿਡੀ ਸਕੀਮ ਦੇ ਵਿੱਚ। ਇਹ ਸਾਡੇ ਕੋਲ ਪ੍ਰੋਡਕਟ ਹੈਗੇ ਡ੍ਰਿਪ ਇਰੀਗੇਸ਼ਨ ਦੇ ਪ੍ਰੋਡਕਟ ਹੈਗੇ ਅਤੇ ਨਾਲ ਫਾਊਂਟੇਨ ਸਿਸਟਮ ਦੇ ਹੈਗੇ, ਸਪ੍ਰਿੰਕਲਰ ਇਰੀਗੇਸ਼ਨ ਹੈ। ਸਾਰੇ ਪ੍ਰੋਡਕਟ ਡਿਪਾਰਟਮੈਂਟ ਦੇ ਵਿੱਚ ਅਲੱਗ ਅਲੱਗ ਪੈਟਰਨ ਦੇ ਉੱਤੇ ਸਬਸਿਡੀ ਫਿਕਸ ਕੀਤੀ ਹੈ। ਮੇਰਾ ਮਲੇਰਕੋਟ ਦਾ, ਸਾਡੀ ਫਰਮ ਦਾ ਆਫਿਸ ਹੈ ਮਲੇਰਕੋਟ ਦਾ, ਲੁਧਿਆਣਾ ਬਾਈਪਾਸ ਦੇ ਠੀਕ ਹੈ। ਇੱਕ ਕਿੱਲੇ ਦੇ ਵਿੱਚ ਜਾਂ ਕਿਸਾਨ ਨੇ ਜੇ ਲਾਉਣਾ ਹੋਵੇ ਫਾਊਂਟੇਨ ਸਿਸਟਮ ਕਿੰਨਾ ਖਰਚਾ ਆ ਜਾਂਦਾ? ਇੱਕ ਕਿੱਲੇ ਦੇ ਵਿੱਚ ਜਿਹੜਾ ਮਹਿਕਮੇ ਦੀ ਤਰਫ ਤੋਂ ਫਿਕਸ ਕੀਤਾ ਗਿਆ ਹੈਗਾ ਇੱਕ ਏਕੜ ਦੇ ਉੱਤੇ ਡ੍ਰਿਪ ਇਰੀਗੇਸ਼ਨ ਸਿਸਟਮ ਦੇ ਵਿੱਚ 1,20,000 ਰੁਪਇਆ ਟੋਟਲ ਕੋਸਟ ਹੈਗੀ ਹੈ ਪ੍ਰੋਜੈਕਟ ਦੀ ਕੋਸਟ, ਉਹਦੇ ਉੱਪਰ 50% ਸਬਸਿਡੀ ਹੈ। ਇਨ ਕੇਸ ਅਗਰ ਕੋਈ ਜ਼ਿਮੀਦਾਰ ਮੱਕੀ ਦੇ ਉੱਤੇ ਕੰਮ ਕਰਨਾ ਚਾਹੁੰਦਾ ਹੈ, ਮੱਕੀ ਦੇ ਉੱਤੇ 1 ਏਕੜ ਦੇ ਉੱਤੇ 1,20,000 ਦੇ ਵਿੱਚੋਂ ਸਿਰਫ 10,000 ਰੁਪਇਆ ਜ਼ਿਮੀਦਾਰ ਨੇ ਪੇ ਕਰਨਾ, ਬਾਕੀ 1,10,000 ਰੁਪਇਆ ਭੂਮੀ ਰੱਖਿਆ ਮਹਿਕਮੇ ਵੱਲੋਂ ਕੰਪਨੀ ਨੂੰ ਸਬਸਿਡੀ ਰੂਪ ਵਿੱਚ ਦਿੱਤਾ। ਤੁਹਾਡੇ ਨਾਲ ਕਿਸਾਨਾਂ ਨੂੰ ਜੁੜਦਾ ਹੋਵੇ ਆਪਣਾ ਮੋਬਾਈਲ ਨੰਬਰ? ਮੇਰਾ ਮੋਬਾਈਲ ਨੰਬਰ ਹੈ 9876278074, 9872728074, ਮਲੇਰਕੋਟਲਾ ਲੁਧਿਆਣਾ ਬਾਈ ਪਾਸ ਦੇ ਉੱਪਰ ਆਪਣਾ ਮਸ਼ਾਲ ਏਰੀਟੈਕ ਦੇ ਨਾਮ ਦੇ ਉੱਤੇ ਦਫ਼ਤਰ ਹੈ। ਧੰਨਵਾਦ।